ਆਂਦਰੀ ਹੋਣੀ ਜਿਹੜੀ ਮੇਰੀ ਬੇਟੀ ਮੁੱਕੀ ਉਹ ਤਾਂ ਮੇਰੀ ਅੰਗਤ ਹੀ ਨਹੀਂ ਹੋਣੀ ਹੈ। ਤਾਂ ਦੱਸ ਦਈਏ ਕਿ ਇੱਕ ਮਹਿਲਾ ਜੋ ਕਿ ਆਪਣੇ ਪਰਿਵਾਰ ਦੇ ਨਾਲ ਪੇਕੇ ਘਰ ਆ ਰਹੀ ਸੀ ਤਾਂ ਰਸਤੇ ਦੇ ਵਿੱਚ ਉਸਦੇ ਨਾਲ ਦਰਦਨਾਕ ਹਾਦਸਾ ਵਾਪਰ ਜਾਂਦਾ ਹੈ, ਜਿੱਥੇ ਟਰੱਕ ਦੇ ਵੱਲੋਂ ਉਹਨਾਂ ਦੇ ਵਹੀਕਲ ਨੂੰ ਟੱਕਰ ਮਾਰੀ ਗਈ ਜਿਸ ਕਾਰਨ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਕਈ ਮੀਟਰ ਤੱਕ ਇਹ ਟਰੱਕ ਇਹਨਾਂ ਨੂੰ ਘਸੀਟਦਾ ਹੋਇਆ ਲੈ ਜਾਂਦਾ ਹੈ। ਤਾਂ ਹਾਦਸੇ ਤੋਂ 20 ਮਿੰਟ ਬਾਅਦ ਵੀ ਮਹਿਲਾ ਦੇ ਸਾਹ ਚੱਲਦੇ ਰਹਿੰਦੇ ਨੇ ਤਾਂ ਮੌਕੇ 'ਤੇ ਐਂਬੂਲੈਂਸ ਨੂੰ ਸੂਚਿਤ ਵੀ ਕੀਤਾ ਗਿਆ ਤਾਂ ਇਸ ਤੋਂ ਪਹਿਲਾਂ ਹੀ ਮਹਿਲਾ ਦੀ ਮੌਤ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਮਹਿਲਾ ਆਪਣੇ ਪੇਕੇ ਘਰ ਦੇ ਵਿੱਚ ਕਿਸੇ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਜਾ ਰਹੀ ਸੀ ਤਾਂ ਆਪਣੇ ਪਤੀ ਅਤੇ ਛੋਟੀ ਬੱਚੀ ਸਮੇਤ ਇਹ ਆਪਣੇ ਵਹੀਕਲ 'ਤੇ ਸਵਾਰ ਹੋ ਕੇ ਪੇਕੇ ਘਰ ਦੇ ਵੱਲ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਕ ਤੇਜ਼ ਰਫ਼ਤਾਰ ਟਰੱਕ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰ ਦਿੱਤੀ ਗਈ ਤਾਂ ਕਈ ਮੀਟਰ ਤੱਕ ਇਹਨਾਂ ਨੂੰ ਘਸੀਟਦਾ ਹੋਇਆ ਲੈ ਜਾਂਦਾ ਹੈ ਜਿਸ ਦੇ ਵਿੱਚ ਮਹਿਲਾ ਦੀ ਮੌਤ ਹੋ ਜਾਂਦੀ ਹੈ ਜਦਕਿ ਇਸਦੇ ਪਤੀ ਅਤੇ ਬੱਚੀ ਦੇ ਗੰਭੀਰ ਸੱਟਾਂ ਲੱਗਦੀਆਂ ਨੇ। ਤਾਂ ਮੌਕੇ 'ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਵੱਡਾ ਹਾਦਸਾ ਹੋਇਆ ਤਾਂ ਟਰੱਕ ਦੇ ਵੱਲੋਂ ਇਸ ਮਹਿਲਾ ਦੀ ਜਾਨ ਲੈ ਲਈ ਗਈ ਜਿੱਥੇ ਕਿ ਲੋਕਾਂ ਦੇ ਵੱਲੋਂ ਮੌਕੇ 'ਤੇ ਹੀ ਇਸ ਟਰੱਕ ਚਾਲਕ ਨੂੰ ਕਾਬੂ ਕਰ ਲਿਆ ਗਿਆ ਤਾਂ ਉੱਥੇ ਹੀ ਮਹਿਲਾ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਹੈ ਤੇ ਪੁਲਿਸ ਹੁਣ ਪੂਰੇ ਮਾਮਲੇ ਦੇ ਵਿੱਚ ਕਾਰਵਾਈ ਕਰ ਰਹੀ ਹੈ। ਬਲਜੀਤ ਕੌਰ, ਕੀ ਹੋਇਆ? ਬੇਟੀ ਦਾ ਐਕਸੀਡੈਂਟ ਹੋ ਗਿਆ। ਬੇਟੀ ਦੀ ਉਮਰ ਕਿੰਨੀ ਸੀ? ਉਹਦੀ ਉਮਰ ਹੋਣੀ ਆ 30 ਸਾਲ ਦੀ। ਕਿੱਥੇ ਜਾ ਰਹੇ? ਪਤਾ ਨਹੀਂ, ਲੁਧਿਆਣੇ ਆ ਗਏ ਸੀ ਕਿਸੇ ਦੇ, ਕਿਸੇ ਦਾ ਪ੍ਰੋਗਰਾਮ ਸੀਗਾ ਤੇ ਨਾਨਕਿਆਂ ਦੇ ਉੱਥੇ ਆ ਰਹੇ ਸੀਗੇ ਤੇ ਐਕਸੀਡੈਂਟ ਸਾਨੂੰ ਨਹੀਂ ਪਤਾ ਲੱਗਿਆ ਕੀ ਬਣਿਆ ਉਹਨਾਂ ਨਾਲ ਕੀ ਨਹੀਂ ਬਣਿਆ। ਸਾਨੂੰ ਪਤਾ ਹੀ ਨਹੀਂ ਲੱਗਾ ਕੁਛ ਵੀ, ਰੋਣਾ ਸੀ ਇਕੱਲਾ, ਉਹਨੂੰ ਵੀ ਨਹੀਂ ਪਤਾ ਲੱਗਿਆ ਹੈਗਾ ਹੁਣ ਪਤਾ ਨਹੀਂ ਕੀਤੀ ਕਿ ਨਹੀਂ ਕੀਤੀ, ਏਦਾਂ ਹੀ ਉਹ ਵੀ ਸੱਟ ਲੱਗੀ, ਗੁੱਡੀਆਂ ਦੇ ਵੀ ਲੱਗੀ ਆ। ਅਸੀਂ ਤਾਂ ਇਹ ਕਹਿੰਦੇ ਵੀ ਇਨਸਾਫ਼ ਮਿਲਣਾ ਚਾਹੀਦਾ, ਹੁਣ ਜੋ ਕੁਛ ਹੋ ਗਿਆ ਤਾਂ ਹੋ ਹੀ ਗਿਆ, ਜਿਹੜਾ ਆਂਦਰੀ ਹੋਣੀ ਜਿਹੜੀ ਮੇਰੀ ਬੇਟੀ ਮੁੱਕੀ ਉਹ ਤਾਂ ਮੇਰੀ ਅੰਗਤ ਹੀ ਨਹੀਂ ਹੋਣੀ ਹੈ। ਉਹਨਾਂ ਦੇ ਕੋਈ ਸਹੁਰਿਆਂ ਦੇ ਪ੍ਰੋਗਰਾਮ ਸੀਗਾ, ਉੱਥੇ ਨੂੰ ਜਾ ਰਹੇ ਸੀ ਉਹ ਅਤੇ ਰਸਤੇ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਗਿਆ ਵੀ, ਜਾਣੀ ਕਿ ਗੱਡੀ ਵਾਲੇ ਨੇ ਨਾਲ ਹੀ ਲੈ ਗਿਆ ਖਿੱਚ ਕੇ, ਐਂਬੂਲੈਂਸ ਵਾਲੇ ਵੀ ਨਹੀਂ ਪਹੁੰਚੇ ਉੱਥੇ, 20 ਮਿੰਟ ਕੁੜੀ ਦੇ ਸਾਹ ਚੱਲਦੇ ਰਹੇ ਆ ਕਹਿੰਦੇ। ਹਾਂਜੀ, ਹੋਰ ਹੋਸਪਿਟਲ ਆਉਣ ਲੱਗੇ ਉਹਨਾਂ ਦੀ ਡੈਥ ਹੋ ਗਈ ਸੀ। ਕਹਾਂ ਜਾ ਰਹੇ ਥੇ? ਅੱਛਾ, ਵੀ ਕੌਣ ਕੌਣ ਥਾ ਆਪਕੇ ਸਾਥ? ਅੱਛਾ ਜੀ, ਤੇ ਜਦੋਂ ਐਕਸੀਡੈਂਟ ਹੋਇਆ ਤੁਸੀਂ ਕਿਹੜੇ ਪਾਸੇ ਸੀਗੇ, ਆਪਣੇ ਸਾਈਡ ਸੀਗੇ ਜਾਂ ਟਰੱਕ? ਆਪਣੀ ਬਿਲਕੁਲ ਸਾਈਡ। ਕਿਸ ਗੱਡੀ ਨਾਲ ਐਕਸੀਡੈਂਟ ਹੋਇਆ ਸੀ? ਟਰੱਕ ਨਾਲ। ਅੱਛਾ, ਤੇ ਤੁਸੀਂ ਜਿਹੜੇ ਸਵਾਰ ਸੀਗੇ ਲੇਡੀਜ਼ ਦਾ ਕਹਿੰਦੇ ਦਰਦ ਸਪੈਰ, ਕੁੜੀ ਕਿਵੇਂ ਹੈ? ਠੀਕ ਆ। ਅੱਛਾ, ਦੋਨਾਂ ਦੀ? ਮੇਰੀ ਨਹੀਂ, ਬੇਟੀ ਠੀਕ ਹੈ, ਉਹਦੇ ਸੱਟਾਂ ਬਹੁਤ ਲੱਗੀਆਂ, ਮੇਰੇ ਸੱਟਾਂ। ਅੱਛਾ ਜੀ, ਤੇ ਮੌਕੇ 'ਤੇ ਗੱਡੀ ਮਾਲਕ ਆਇਆ ਸੀ? ਪੁਲਿਸ ਵਾਲੇ ਸੀਗੇ, ਉਹਨੇ ਕੋਈ ਨਹੀਂ ਸੀ ਕਾਰਵਾਈ ਕੀਤੀ, ਕੁਛ ਨਹੀਂ ਉਹਨੂੰ ਚੱਕਿਆ, ਐਂਬੂਲੈਂਸ ਦੇ ਉਹਦਾ ਇੰਤਜ਼ਾਰ ਕਰਦੇ ਰਹੇ। ਜੇ ਪੁਲਿਸ ਵਾਲੇ ਚਾਹੁੰਦਾ, ਪੁਲਿਸ ਵਾਲੇ ਗੱਡੀ ਲੈ ਕੇ ਭੱਜ ਗਏ। ਅੱਛਾ, ਪੁਲਿਸ ਵਾਲੇ ਗੱਡੀ ਲੈ ਕੇ ਭੱਜ ਗਏ? ਹਾਂ, ਨਿਕਲ ਗਿਆ ਪੁਲਿਸ ਵਾਲੀ ਗੱਡੀ ਲੈ ਕੇ। ਕੀ ਕਾਰਵਾਈ ਕੀਤੀ ਗਈ? ਤੁਸੀਂ ਆਸੀ ਹਸਪਤਾਲ ਪਹੁੰਚੇ ਹੋ? ਮੈਂ ਇਹ ਕਹਿਣਾ ਚਾਹਾਂ ਕਿ ਇਹਦੇ ਵਿੱਚ ਪੁਲਿਸਾਂ ਦੀ ਜ਼ਿਆਦਾ ਹੈਗੀ ਇਨਵੋਲਵਮੈਂਟ ਹੈ ਪੁਲਿਸ ਵਾਲੇ ਦੀ? ਉਹਨੇ ਬਿਲਕੁਲ ਹੀ ਨਹੀਂ ਕੀਤਾ, ਕੁਛ ਨਹੀਂ ਕੀਤਾ। ਠੀਕ ਹੈ, ਉੱਥੇ ਦੋ ਪੁਲਿਸ ਵਾਲੇ ਮੌਜੂਦ ਸੀ। ਠੀਕ ਹੈ। ਅੱਜ ਨਾ ਸਵੇਰੇ 10:30 ਵਜੇ ਹਾਂਜੀ ਇੱਕ ਮੋਟਰਸਾਈਕਲ ਆਪਣਾ
ਬੰਦਾ ਬਲਵਿੰਦਰ ਸਿੰਘ ਜੀ ਆ ਰਹੇ ਸੀ ਹਾਂਜੀ ਆਪਣੀ ਪਤਨੀ ਨੂੰ ਨਾਲ ਲੈ ਕੇ ਨਾਲ ਉਹਦੀ ਬੱਚੀ ਸੀ ਠੀਕ ਹੈ ਉਹ ਨੂਰ ਮਹਿਲ ਤੋਂ ਮੱਥੇਵੜ ਜਾ ਰਹੇ ਸੀ ਜਦੋਂ ਟੂਲ ਪਲਾਜ਼ਾ ਦੇ ਕੋਲ ਪਹੁੰਚੇ ਨਾ ਟੂਲ ਪਲਾਜ਼ਾ ਪਾਰ ਕੀਤਾ ਅਤੇ ਪਿੱਛੋਂ ਇੱਕ ਟਰੱਕ ਜੇ ਐਂਡ ਕੇ ਦਾ ਆਇਆ ਜਿਹੜਾ ਮੋਟਰਸਾਈਕਲ ਨੂੰ ਹਿੱਟ ਕੀਤਾ ਹਾਂਜੀ ਇਹਦੇ ਵਿੱਚ ਜਨਾਨੀ ਦੇ ਉੱਪਰ ਦੀ ਟਾਇਰ ਲੱਗ ਗਿਆ ਠੀਕ ਹੈ ਅਤੇ ਬਲਵਿੰਦਰ ਸਿੰਘ ਦੀ ਕਾਫੀ ਲੱਤ ਟਲ ਗਈਆਂ ਔਰ ਬੱਚੀ ਦੀ ਠੀਕ ਹੈ ਅਤੇ ਜਿਹਨਾਂ ਦੇ ਸੰਬੰਧੀ ਮੈਂ ਹੁਣ ਹੋਸਪਿਟਲ 'ਚ ਸਰ ਇਹਨਾਂ ਦੀ ਵਾਈਫ ਕਿਵੇਂ ਹੈ ਵਾਈਫ ਦੀ ਡੈਥ ਹੋ ਗਈ ਸਰ ਠੀਕ ਹੈ ਸਰ ਕੀ ਕਾਰਵਾਈ ਕੀਤੀ ਜਾਣੀ ਉਹਦੇ ਉੱਪਰ ਇਹਨਾਂ ਦੇ ਇੱਕ ਡਰਾਈਵਰ ਅਸੀਂ ਕਾਬੂ ਕਰ ਲਿਆ ਡਰਾਈਵਰ 'ਤੇ ਖਰਚਾ ਦਾ ਚੀਜ਼ ਠੀਕ ਹੈ ਅਤੇ ਗੱਡੀ ਕਿੱਥੇ ਹੈ ਸਰ ਗੱਡੀ ਜੇ ਐਂਡ ਕੇ ਦੀ ਹੈ ਲੋਧੋਵਾਲ ਉਸ ਸਟੇਸ਼ਨ 'ਚ ਠੀਕ ਹੈ ਅਤੇ ਸਰ ਇਹਨਾਂ ਤਾਰਾਂ ਕਿਹੜੀ ਕਿਹੜੀ ਲਾਈ ਜਾਣੀ ਹੈ ਤਾਰਾਂ ਦੇ 281 324 ਜੀਵਨ 4 106 ਜੀਵਨ 1 125 ਜੀਵਨ A ਠੀਕ ਹੈ ਬੀ ਐਨ ਐਸ ਠੀਕ ਹੈ ਸਰ